ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸਿੰਗਰ ਅਤੇ ਸੌਂਗ ਰਾਈਟਰ ਦੀ ਜਿਸ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ ਬੇਬੇ ਬਾਪੂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿੰਗਰ ਆਰਨੇਤ ਦੀ। ਆਰਨੇਤ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਕਿ ਉਹ ਬਹੁਤ ਹੀ ਜਲਦ ਲਾਭ ਹੀਰਾ ਦੇ ਨਾਲ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਨੇ ਤੇ ਇਸ ਗਾਣੇ ਦਾ ਨਾਮ ਹੋਏਗਾ ਰੀਲਾਂ ਵਾਲਾ ਡੈਕ, ਜਿਸ ਦੀ ਫਸਟ ਲੁੱਕ ਆਰਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕਰ ਦਿੱਤੀ ਹੈ। ਦੱਸਦੀਏ ਤੁਹਾਨੂੰ ਕਿ ਇਸ ਗਾਣੇ ਦੇ ਵਿੱਚ ਬਤੌਰ ਫੀਮੇਲ ਲੀਡ ਨਜ਼ਰ ਆਉਣਗੇ ਗਿੰਨੀ ਕਪੂਰ। ਇਸ ਗਾਣੇ ਨੂੰ ਲਿਖਿਆ ਤੇ ਕੰਪੋਜ਼ ਕੀਤਾ ਹੈ ਆਰਨੇਤ ਨੇ, ਇਸ ਗਾਣੇ ਦਾ 뮤직 ਕੀਤਾ ਹੈ ਲਾਡੀ ਗਿੱਲ ਨੇ ਅਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਜਿਉਣਾ ਅਤੇ ਜੋਗੀ ਨੇ। ਹਾਲਾਂਕਿ ਆਰਨੇਤ ਨੇ ਆਪਣੇ ਇਸ ਆਉਣ ਵਾਲੇ ਗਾਣੇ ਰੀਲਾਂ ਵਾਲੇ ਡੈਕ ਦੀ ਕੋਈ ਰਿਲੀਜ਼ ਡੇਟ ਤਾਂ ਰਿਵੀਲ ਨਹੀਂ ਕੀਤੀ ਹੈ, ਪਰ ਇਸ ਗਾਣੇ ਦੇ ਪੋਸਟਰ ਨੂੰ ਦੇਖ ਕੇ ਇਹ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀ ਇੱਕ ਭੰਗੜਾ ਟਰੈਕ ਹੋਵੇਗਾ। ਸੋ ਆਰਨੇਤ ਅਤੇ ਲਾਭ ਹੀਰਾ ਦੇ ਇਸ ਨਵੇਂ ਗਾਣੇ ਰੀਲਾਂ ਵਾਲੇ ਡੈਕ ਦੀ ਤੁਹਾਨੂੰ ਕਿੰਨੀ ਉਡੀਕ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰਟ ਟਾਕਸ।